ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ 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 ਸ਼੍ਰੀ ਹਰਿ ਸ਼੍ਰੀ ਹਰਿ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠ ਸਭ ਦੁੱਖ ਜਾਏ 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 ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ 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 ਜਿਸ ਡਿੱਠ ਸਭ ਦੁੱਖ ਜਾਏ ਸਭ ਦੁੱਖ ਜਾਏ ਜਿਸ ਡਿੱਠ ਸਭ ਦੁੱਖ ਜਾਏ ਸਭ ਦੁੱਖ ਜਾਏ ਜਿਸ ਡਿੱਠ 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 ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ 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 ਬੜੀ ਮਹਾਨ ਕਿਰਪਾ ਆਪ ਜੀਆਂ ਤੇ ਸੱਸ ਔਰ ਕਹਿੰਦਿਆਂ ਮੈਨੂੰ ਕੋਈ ਝਿਜਕ ਨਹੀਂ ਜਿਹਨਾਂ ਦੇ ਸਿਰ ਤੇ ਇਦਾਂ ਦੋਨੋਂ ਹੱਥ ਹੋਣ ਨਾ ਸਤਿਗੁਰਾਂ ਦੇ ਆ ਦਰਗਾਹੀ ਵੇਲੇ ਉਹੀ ਮਾਣ ਸਕਦਾ ਉਹੀ ਮਾਣ ਸਕਦਾ ਨਹੀਂ ਤਾਂ ਆ ਅੰਮ੍ਰਿਤ ਵੇਲਾ ਸੰਭਾਲਣਾ ਸਾਧ ਸੰਗਤ ਕੋਈ ਖਾਲਾ ਜੀ ਦਾ ਵਾੜਾ ਨਹੀਂ ਕੋਈ ਅੰਮ੍ਰਿਤ ਵੇਲਾ ਸੰਭਾਲਣਾ ਕੋਈ ਸੁੱਖੀ ਬਾਤ ਨਹੀਂ ਮਰਦਾਂ ਵਾਲੀ ਕਾਲ ਹੈ ਕਲਯੁਗ ਪੂਰੇ ਜੋਬਨ ਤੇ ਹੈ ਰੋਕਣ ਦਾ ਪੂਰਾ ਯਤਨ ਕਰਦਾ ਰਾਤ ਤੁਹਾਨੂੰ ਲੇਟ ਕਰ ਦੇਗਾ ਭੁੱਖਾ ਕਰ ਦੇਗਾ ਸਵੇਰੇ ਉੱਠਣ ਵੇਲੇ ਕਦੇ ਲੱਕ ਦਰਦ ਹੋਏਗਾ ਕਦੇ ਪਿੱਠ ਦਰਦ ਹੋਏਗੀ ਕਦੇ ਆਹ ਦਰਦ ਹੋਏਗਾ ਕਦੇ ਉਹ ਦਰਦ ਹੋਏਗਾ ਕਦੇ ਸਿਰ ਦਰਦ ਹੋਏਗਾ ਹੈ ਨਹੀਂ ਦਰਦ ਪਰ ਕਲਯੁਗ ਨੇ ਪਹਿਰਾ ਲਾਇਆ ਹੋਇਆ ਪੜਦਾ ਪਾ ਦਿੱਤਾ ਹੈ ਇਸ਼ਨਾਨ ਕਰਕੇ ਬਾਹਰ ਆਓਗੇ ਸਭ ਦਰਦ ਦੁਰਦ ਪਾਸੇ ਜਾਣਾ ਜਾਣਾ ਭਜਨ ਕਰਨਾ ਕਰਨਾ ਬਹੁਤ ਕਿਰਪਾ ਤੁਸੀਂ ਕੀਤੀ ਪਹਿਲੇ ਦਿਨ ਨਾਲੋਂ ਦੂਜੇ ਦਿਨ ਸੰਗਤ ਵਧੀਕ ਹੋ ਕੇ ਦੂਜੇ ਦਿਨ ਨਾਲੋਂ ਤੀਜੇ ਦਿਨ
ਕੱਲ ਨਾਲੋਂ ਅੱਜ ਬਹੁਤ ਵਧੀਕ ਸੰਗਤ ਤੇ ਜਿਹੜਾ ਕੱਲ ਦਾ ਦਿਹਾੜਾ ਹੈ ਸਾਧ ਸੰਗਤ ਓਹੋ ਮਾਲਕਾਂ ਦਾ ਆਗਮਨ ਦਿਹਾੜਾ ਹੱਥ ਬਨ ਬੇਨਤੀ ਕਰ ਰਹੇ ਹੋ ਕੱਲ ਪਰਿਵਾਰਾਂ ਸਮੇਤ ਪਹੁੰਚਿਓ ਸਾਧ ਸੰਗਤ ਬੇਸ਼ੱਕ ਵਰਕਿੰਗ ਡੇ ਹੈ ਜਿੱਥੇ ਆਪ ਆਓਗੇ ਉੱਥੇ ਅੰਗੀ ਸੰਗੀ ਮਿੱਤਰ ਬੇਲੀ ਸਾਰਿਆਂ ਨੂੰ ਸਾਧ ਸੰਗਤ ਜੇ ਗੱਡੀਆਂ ਤੁਹਾਨੂੰ ਗੁਰੂ ਨਾਨਕ ਦੇ ਦਿੱਤੀਆਂ ਜੇ ਗੱਡੀਆਂ ਦਿੱਤੀਆਂ ਨਾ ਗੱਡੀ ਦਿੱਤੀ ਹੈ ਗੁਰੂ ਨਾਨਕ ਦੀ ਦਿੱਤੀ ਦਾਤ ਹੈ ਵੈਸੇ ਤਿੰਨ ਵੇਲੇ ਉਹ ਗੱਡੀ ਤੁਹਾਡੀ ਹੈ ਅੰਮ੍ਰਿਤ ਵੇਲੇ ਗੁਰੂ ਨਾਨਕ ਦੀ ਹੈ ਆਖੋ ਸਤਨਾਮ ਜੇ ਤੁਹਾਨੂੰ ਗੱਡੀ ਦਿੱਤੀ ਹੈ ਗੁਰੂ ਨਾਨਕ ਨੇ ਵਰਤੋ ਸਾਰਾ ਦਿਨ ਉਹਨੂੰ ਵਰਤੋ ਪਰ ਅੰਮ੍ਰਿਤ ਵੇਲੇ ਗੁਰੂ ਨਾਨਕ ਦੀ ਸੰਗਤ ਵਾਸਤੇ ਲਾ ਦਿਓ ਗੁਰੂ ਨਾਨਕ ਦੀ ਸੰਗਤ ਨੂੰ ਵਿੱਚ ਭਾਓ ਮਹਾਰਾਜ ਕੋਲ ਲੈ ਕੇ ਆਓ ਮਹਾਰਾਜ ਵੀ ਖੁਸ਼ ਹੋਣਗੇ ਬਈ ਦਾਤ ਦਿੱਤੀ ਚੰਗੀ ਥਾਂ ਇਸਤੇਮਾਲ ਕਰ ਰਿਹਾ ਆਖੋ ਸਤਨਾਮ ਚੰਗੀ ਥਾਂ ਇਸਤੇਮਾਲ ਕਰ ਰਿਹਾ ਬਈ ਇਹਨੂੰ ਹੋਰ ਦਿਓ ਆਖੋ ਸਤਨਾਮ ਇਹਨੂੰ ਹੋਰ ਦਿਓ ਇਹਨੂੰ ਇਸਤੇਮਾਲ ਕਰਨ ਦੀ ਜਾਂਚ ਹੈ ਇਹਨੂੰ ਸੰਗਤ ਦੇ ਵਿੱਚ ਚੀਜ਼ ਲਾਉਣ ਦੀ ਜਾਂਚ ਹੈ ਇਹਨੂੰ ਸੰਗਤ ਦੀ ਸੇਵਾ ਕਰਨ ਦੀ ਜਾਂਚ ਹੈ ਤੇ ਇੱਕ ਗੱਲ ਸੁਣ ਲਿਓ ਸਾਧ ਸੰਗਤ ਜੀ ਇੱਕ ਗੱਲ ਸੁਣ ਲਿਓ ਸੰਗਤ ਤੋਂ ਉੱਪਰ ਮਹਾਰਾਜ ਨੇ ਆਪਣੇ ਆਪ ਨੂੰ ਵੀ ਨਹੀਂ ਰੱਖਿਆ ਜੀ ਆਪਣੇ ਆਪ ਨੂੰ ਵੀ ਸੰਗਤ ਤੋਂ ਥੱਲੇ ਜੇ ਸੰਗਤ ਪ੍ਰਸੰਨ ਗੁਰੂ ਪ੍ਰਸੰਨ ਕਾਲੇ ਲੇਖ ਫਾੜ ਕੇ ਰੱਖ ਦੇਣਗੇ ਜੇ ਸੰਗਤ ਪ੍ਰਸੰਨ ਭਾਈ ਆਦਮ ਦੇ ਕਰਮਾਂ 'ਚ ਪੁੱਤਰ ਨਹੀਂ ਪਰ ਸੰਗਤ ਨੇ ਸਿਫਾਰਿਸ਼ ਕਰਤੀ ਕਿ ਪਾਤਸ਼ਾਹ ਸਾਰੀ ਰਾਤ ਇਹਨਾਂ ਨੇ ਸੇਵਾ ਕੀਤੀ ਭਾਈ ਆਦਮ ਜੀ ਜੇ ਇਹ ਨਾ ਹੁੰਦੇ ਪਤਾ ਨਹੀਂ ਕੋਈ ਬਾਲ ਕੋਈ ਬਿਰਧ ਕੋਈ ਬਾਲ ਕੋਈ ਬਿਰਧ ਠੰਡ ਦੇ ਨਾਲ ਮਰ ਗਏ ਹੁੰਦੇ ਭਾਈ ਆਦਮ ਜੀ ਨੇ ਲੱਕੜਾਂ ਦੇ ਢੇਰ ਲਾ ਤੇ ਕਦੇ ਇੱਧਰ ਉੱਧਰ ਉੱਧਰ ਲਾ ਤੇ ਸਾਰੇ ਪਾਸੇ ਅੱਗ ਹੀ ਅੱਗ ਬਾਲਤੀ ਡਿੱਗ ਦਿੱਤੀ ਮਹਾਰਾਜ ਕਹਿਣ ਲੱਗੇ ਆਦਮ ਦੱਸ ਕੀ ਦੇਈਏ ਉਹ ਤੂੰ ਸੰਗਤ ਦੀ ਪ੍ਰਸੰਨਤਾ ਲਈ ਹੈ ਦੱਸ ਕੀ ਦੇਈਏ ਝੱਕ ਗਏ ਵੱਡੀ ਉਮਰ ਸੀ ਘਰ ਪੁੱਤਰ ਨਹੀਂ ਸੀ ਸ਼ਰਮ ਕਰ ਗਏ ਕੋਈ ਨਹੀਂ ਕੱਲ ਦੱਸੀ ਅਗਲੇ ਦਿਨ ਆਏ ਝੱਕ ਕੇ ਕਹਿੰਦੇ ਦੱਸ ਕੀ ਚਾਹੀਦੇ ਮਹਾਰਾਜ ਸਭ ਕੁਝ ਦਿੱਤਾ ਹੈ ਪੁੱਤਰ ਨਿਸ਼ਾਨ ਬਖਸ਼ ਦੇ ਮਹਾਰਾਜ ਨੇ ਨੇਤਰ ਬੰਦ ਕੀਤੇ ਕਹਿੰਦੇ ਆਦਮ ਤੇਰੇ ਕਈ ਜਨਮਾਂ ਤੱਕ ਤੇਰੇ ਪੁੱਤਰ ਨਸੀਬ 'ਚ ਨਹੀਂ ਪੁੱਤਰ ਨਸੀਬ 'ਚ ਨਹੀਂ ਤੇਰੇ ਲੇਖਾਂ 'ਚ ਹੀ ਪੁੱਤਰ ਨਹੀਂ ਤੇਰੇ ਲੇਖਾਂ 'ਚ ਹੀ ਬੱਚਾ ਨਹੀਂ ਚੁੱਪ ਭਾਈ ਆਦਮ ਜੀ ਚੁੱਪ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਆਦਮ ਘਬਰਾ ਨਾ ਓਏ ਸੰਗਤ ਨੇ ਤੇਰੀ ਸਿਫਾਰਿਸ਼ ਪਾਈ ਆ ਆਖੋ ਸਤਨਾਮ ਸੰਗਤ ਨੇ ਤੇਰੀ ਸਿਫਾਰਿਸ਼ ਕੀਤੀ ਹੈ ਤੇਰੇ ਕਰਮਾਂ 'ਚ ਨਹੀਂ ਨਾ ਸਹੀ ਬਖਸ਼ਿਸ਼ ਦੇ ਖਾਤੇ 'ਚੋਂ ਤੈਨੂੰ ਦਿੰਦੇ ਹਾਂ ਆਖੋ ਸਤਨਾਮ ਆਪਣੇ ਬਖਸ਼ਿਸ਼ ਦੇ ਖਾਤੇ 'ਚੋਂ ਦਿੱਤਾ ਤੇ ਨਾਮ ਵੀ ਦੇ ਦਿੱਤਾ ਕਹਿੰਦੇ ਆਦਮ ਪੁੱਤਰ ਹੋਏ ਗਈ ਡਗ ਡਗ ਕਰਦਾ ਚਿਹਰਾ ਹੋਏ ਗਈ ਉਹਦਾ ਨਾਮ ਭਾਈ ਭਗਤੂ ਰੱਖੀ ਆਖੋ ਸਤਨਾਮ ਨਾਮ ਵੀ ਜਨਮ ਤੋਂ ਪਹਿਲੇ ਦੇ ਦਿੱਤਾ ਭਾਈ ਭਗਤੂ ਰੱਖੀ ਨਹੀਂ ਕਰਮਾਂ 'ਚ ਸੀ ਬਖਸ਼ਿਸ਼ ਦੇ ਖਾਤੇ 'ਚੋਂ ਦਿੱਤਾ ਕਿ ਸੰਗਤ ਪ੍ਰਸੰਨ ਹੋ ਗਈ ਆਖੋ ਸਤਨਾਮ ਸੰਗਤ ਦੀ ਪ੍ਰਸੰਨਤਾ ਏਡੀ ਵੱਡੀ ਪ੍ਰਸੰਨਤਾ ਹੈ ਗੱਡੀਆਂ ਖੜੀਆਂ ਨੇ ਅੰਮ੍ਰਿਤ ਵੇਲੇ ਕੀ ਕਰ ਰਹੀਆਂ ਨੇ ਵਿਹਲੀਆਂ ਦਿਨ ਵੇਲੇ ਤੁਹਾਡੀਆਂ ਅੰਮ੍ਰਿਤ ਵੇਲੇ ਗੁਰੂ ਨਾਨਕ ਦੀਆਂ ਆਖੋ ਸਤਨਾਮ ਔਰ ਇਹ ਨਹੀਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਲੜੀਆਂ 'ਚ ਸੰਗਤ ਵੱਜ ਜਾਂਦੀ ਪਰ ਜਦੋਂ ਲੜੀਆਂ ਸਮਾਪਤ ਹੁੰਦੀ ਹੈ ਫਿਰ ਕਿੱਧਰ ਜਾਂਦੇ ਹੋ ਸਾਧ ਸੰਗਤ ਫਿਰ ਕਿੱਥੇ ਫਿਰ ਉਹ
ਨੀਂਦ ਦੇ ਘੇਰੇ 'ਚ ਆਪਾਂ ਸਤਸੰਗਤ ਆ ਜਾਂਦੇ। ਪਰ ਹੁਣ ਕਿਰਪਾ ਕਰਨੀ, ਹੁਣ ਅਦਬ ਸਹਿਤ ਬੇਨਤੀ ਹੈ, ਆ ਲੜੀ ਜਿਹੜੀ ਤੁਰ ਰਹੀ ਹੈ, ਹੁਣ ਇਹ ਖਾਲੀ ਲੜੀ ਵਾਸਤੇ ਤੁਸੀਂ ਅੰਮ੍ਰਿਤ ਵੇਲੇ ਨਹੀਂ ਜਾਗਣਾ, ਹੁਣ ਇਸ ਕਰਕੇ ਆ ਲੜੀ 'ਚ ਜਾਗਿਓ ਕਿ ਮਹਾਰਾਜ ਹੁਣ ਰਹਿੰਦੇ ਸਵਾਸਾਂ ਤੱਕ ਮੈਂ ਸੋ ਨਾ ਸਕਾਂ, ਅੰਮ੍ਰਿਤ ਵੇਲਾ ਤੁਹਾਨੂੰ ਦੇ ਕੇ ਤੁਹਾਡੀ ਅਸੀਸ ਲਵਾਂ। ਕੋ ਸਤਨਾਮ ਹੁਣ ਇੱਥੋਂ ਤੁਹਾਡਾ ਅੰਮ੍ਰਿਤ ਵੇਲਾ ਸ਼ੁਰੂ, ਇੱਥੋਂ ਤੁਹਾਡਾ ਜੀਵਨ ਦਾ ਅੰਮ੍ਰਿਤ ਵੇਲਾ ਸ਼ੁਰੂ। ਔਖੇ ਸੌਖੇ ਜੋ ਮਰਜ਼ੀ ਹੋ ਜਾਏ, ਅੰਮ੍ਰਿਤ ਵੇਲਾ ਗੁਰੂ ਦਾ ਹੈ ਤੇ ਗੁਰੂ ਨੂੰ ਹੀ ਦੇਣਾ ਹੈ। ਇਹ ਗੁਰੂ ਦਾ ਅੰਮ੍ਰਿਤ ਵੇਲਾ ਹੈ ਜੀ, ਇਹ ਗੁਰੂ ਦੀ ਅਮਾਨਤ ਹੈ 3 ਘੰਟੇ 3 ਤੋਂ 6। ਇਹ ਗੁਰੂ ਨਾਨਕ ਦੀ ਅਮਾਨਤ ਹੈ ਜਿਹੜਾ ਅਸੀਂ ਨੀਂਦ ਨੂੰ ਦੇ ਰਹੇ ਹਾਂ, ਆਲਸ ਨੂੰ ਦੇ ਰਹੇ ਹਾਂ, ਆਪ ਦੇ ਕੋਲ ਰੱਖ ਰਹੇ ਹਾਂ। ਬੇਈਮਾਨ ਕਮਾਵਾਂਗੇ, ਅਮਾਨਤ ਕਿਸੇ ਦੀ ਦਿੰਦੇ ਕਿਸੇ ਨੂੰ ਪਏ ਹਾਂ, ਅਮਾਨਤ ਕਿਸੇ ਦੀ ਰੱਖਦੇ ਆਪਣੇ ਕੋਲ ਪਏ ਹਾਂ। ਉਹ ਮੰਗਦੇ ਪਏ ਨੇ ਆਪਣੀ ਅਮਾਨਤ, ਮੈਨੂੰ ਆਪਣੀ ਅਮਾਨਤ ਦੇ ਭਾਈ, ਮੈਨੂੰ ਆਪਣਾ ਅੰਮ੍ਰਿਤ ਵੇਲਾ ਦੇ, ਇਹ ਮੇਰਾ ਹੈ। ਧੰਨ ਗੁਰੂ ਨਾਨਕ ਕਹਿੰਦੇ ਮੇਰਾ ਹੈ, ਗੁਰੂ ਰਾਮਦਾਸ ਕਹਿੰਦੇ ਮੇਰਾ ਹੈ, ਇਹ ਮੇਰਾ ਵੇਲਾ ਹੈ 3 ਘੰਟੇ ਦਾ, ਦੇ ਮੈਨੂੰ। ਆਪਣੇ ਕੋਲ ਰੱਖ ਕੇ ਬਹਿ ਗਏ, ਦੋਸ਼ੀ ਦੋਸ਼ੀ ਬਣ ਜਾਵਾਂ, ਬਣ ਰਹੇ ਹਾਂ ਦੋਸ਼ੀ, ਕਿੱਥੇ ਭੁਗਤਾਂਗੇ ਜੀ। ਇੱਥੇ ਤੱਕ ਮਹਾਰਾਜ ਨੇ ਕਹਿ ਤਾ, ਗੁਰਸਤਿਗੁਰ ਕਾ ਜੋ ਸਿੱਖ ਅਕਾਏ ਸੋ ਭਲਕੇ ਉੱਠ, ਜੇ ਸਿੱਖ ਕਮਾਉਣਾ ਚਾਹੁੰਦਾ ਉੱਠ, ਆ ਵੇਲਾ ਦੇ ਮੈਨੂੰ। ਅੱਜ ਵੇਲਾ ਦੇ ਰਹੇ ਹੋ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਖੁਸ਼ੀਆਂ ਲੈ ਰਹੇ ਹੋ, ਤੇ ਖਾਲੀ ਕੱਲ ਤੱਕ ਹੀ ਜਾਂ ਖਾਲੀ ਪਰਸੋਂ ਤੱਕ ਹੀ? ਪਰਸੋਂ ਤੱਕ ਇਹ ਲੜੀ ਚੱਲਣੀ ਹੈ ਜੀ, ਤੇ ਫਿਰ ਕੀ ਉਸ ਤੋਂ ਬਾਅਦ ਹੁਣ ਅੰਮ੍ਰਿਤ ਵੇਲਾ ਛੁੱਟੀ ਨਹੀਂ। ਆਪ ਜੀ ਨੇ ਕਾਇਮ ਹੋ ਕੇ ਸਾਧ ਸੰਗਤ, ਅੱਜ ਤੋਂ ਬਾਅਦ ਤੁਹਾਡਾ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਵੇ।